सत श्रीकाल दोस्तों, एक नवे ब्लॉग फिर तुहाडा एक बार स्वागत है। अज तुहानू एक नवे पॉइंट ते लेके आए हैं। अज तुसी मेरे नाल हो माछीवाड़ा विखे। सो माछीवाड़ा की मीट मार्केट बड़ी ही प्रसिद्ध है। लो जी दोस्तों, ये हैगा गगन चिकन कारनर। सब तो पहला बाई जी की दुकान है। तो आ देखो कूकर धरिया होया। ਇੱਥੇ ਮਾਛੀਵਾੜੇ ਦੇ ਵਿੱਚ ਨਾ ਮੀਟ ਮਾਰਕੀਟ ਦੀ ਵਿਲੱਖਣਤਾ ਇਹ ਆ ਵੀ ਇੱਥੇ ਤੁਸੀਂ ਆਪਣੀ ਮਰਜ਼ੀ ਦਾ ਆਪਣਾ ਚਿਕਨ ਲਿਆ ਕੇ ਸਾਡੇ ਤੋਂ ਬਣਵਾ ਸਕਦੇ ਹੋ। ਅਸੀਂ ਸਿਰਫ ਤੁਹਾਡੇ ਤੋਂ ਬਣਾਉਣ ਦੇ ਚਾਰਜਸ ਲੈਣੇ ਆ। ਇਹ 'ਚ ਕੋਈ ਇੱਦਾਂ ਦਾ ਕੰਮ ਨਹੀਂ ਹੈਗਾ ਵੀ ਤੁਸੀਂ ਕੱਲ੍ਹ ਦਾ ਮੀਟ ਜਾਂ ਫ੍ਰੀਜ਼ਰ ਵਾਲਾ ਮੀਟ ਤੁਸੀਂ ਜਿੱਦਾਂ ਦਾ ਵੀ ਮੀਟ ਆਪਣੀ ਮਰਜ਼ੀ ਦਾ ਫਰੈਸ਼ ਤੋਂ ਕਟਵਾ ਕੇ ਨਾਲ ਦੀ ਨਾਲ ਬਣਵਾ ਸਕਦੇ ਹੋ। ਜਿਹੋ ਜਿਹਾ ਤੁਹਾਡਾ ਟੇਸਟ ਆ ਉਹੋ ਜਿਹਾ ਹੀ ਬਣੂਗਾ। ਸੋ ਦੋਸਤੋ, ਇਹ ਤੁਹਾਨੂੰ ਦੱਸਿਆ ਜਿੱਦਾਂ ਬਾਈ ਜੀ ਨੇ, ਸੋ ਇਹ ਵਿਲੱਖਣ ਦਾ ਇੱਥੇ ਆ ਦੇਖੋ ਅਲੱਗ ਅਲੱਗ ਜਗ੍ਹਾ कच्चा माल तैयार हो रहा ते दोने पासे ते नाल रेड़ियां लगिया हुई थोड़े सामने कर रहे हैं तैयार। तो हाँ जी भाई जी, ठीक हो जी? तो हम इन्हों आप देखो बिसल बज रही इधर प्रेम चिकन कारनर है भाई जी। जायका थोनू दर्शन मीट शॉप माछीवाड़े का दिखाने। सो दोस्तों, रंग है ਧਮੱਕੜੀ ਦੇ। ਸੋ ਆ ਸਾਰੀਆਂ ਤੁਸੀਂ ਦੇਖ ਰਹੇ ਆ ਪੂਰਾ ਤਿਲਕ ਰਾਜ ਚਿਕਨ ਕਾਰਨਰ ਨੇਪਾਲੀ। ਸੋ ਇਹ ਮਾਛੀਵਾੜ ਦੀ ਬੜੀ ਵਿਲੱਖਣ ਮੀਟ ਮਾਰਕੀਟ ਹੈ। ਆਪ ਤੁਸੀਂ ਤਾਜ਼ਾ ਫਰੈਸ਼ ਚਿਕਨ ਲੈ ਕੇ, ਬੱਕਰਾ ਲੈ ਕੇ ਅਤੇ ਸੂਰ ਲੈ ਕੇ ਆਪ ਤਿਆਰ ਕਰਕੇ ਆਪਣੇ ਜਾਇਕੇ ਅਨੁਸਾਰ ਦੀਪਾ ਚਿਕਨ ਕਾਰਨਰ, ਪ੍ਰਦੀਪ ਚਿਕਨ ਕਾਰਨਰ, ਦੂਰ ਦੂਰ ਤੱਕ ਮੀਟ ਦੀਆਂ ਦੁਕਾਨਾਂ। ਸੋ ਇੱਧਰ ਦੂਰੋਂ ਦੂਰੋਂ ਲੋਕ ਇੱਥੇ ਇਹਨਾਂ ਦਾ ਜਾਇਕਾ ਲੈਣਾ ਹੋਇਆ। ਅਤੇ ਇੱਧਰ ਬਿੱਲੂ ਮੀਟ ਸ਼ਾਪ, ਬਿੱਲੂ ਮੀਟ ਸ਼ਾਪ ਦੇ ਅਸੀਂ ਪੁਰਾਣੇ ਗਾਹਕ ਹੈ। ਲਾਈਵ ਤਿਆਰੀ ਹੋ ਰਹੀ ਹੈ ਜੀ। ਤੁਹਾਡੇ ਡਿਮਾਂਡ ਦੇ ਅਨੁਸਾਰ ਸਾਈਜ਼ ਛੋਟਾ ਵੱਡਾ ਨੋਰਮਲ ਤਿਆਰ ਕਰ ਦਿੱਤਾ ਜਾਂਦਾ। ਅਤੇ ਦੂਰੋਂ ਦੂਰੋਂ ਲੋਕ ਇਸ ਮਾਛੀਵਾੜੇ ਦੇ ਚਿਕਨ, ਮਟਨ ਅਤੇ ਪਿੱਗ ਇਹਦੇ ਜਾਇਕਾ ਲੈਣ ਆਉਂਦੇ ਆ। ਉਹ ਜੀ ਦਰਸ਼ਨ ਮੀਟ ਸ਼ਾਪ ਅਤੇ ਵਧੀਆ ਪੀਸ ਬਾਈ ਜੀ ਨੂੰ ਕਹਿ ਦੇਣਾ ਹੁਣ ਤਿਆਰ ਕਰ ਦਿਓ ਸਾਡੇ ਵਾਸਤੇ। ਸੋ ਮਟਨ ਆਪਾਂ ਇਹਨਾਂ ਤੋਂ ਲੈ ਰਹੇ ਹਾਂ। ਗਗਨ ਵੀਰ ਕੋਲ ਸਾਡਾ ਦੂਜਾ ਮਾਲ ਤਿਆਰ ਹੋ ਰਿਹਾ। ਸੋ ਇਹ ਵਿਲੱਖਣ ਹੈ ਬਹੁਤ ਮਾਛੀਵਾੜ ਦੇ ਮੀਟ ਮਾਰਕੀਟ। ਤਾਜ਼ਾ ਮੀਟ ਲੈ ਕੇ ਤੁਸੀਂ ਆਪ ਨਾਲ ਦੀ ਨਾਲ ਤਿਆਰ ਕਰਾਓ। ਆ ਦੇਖੋ ਹੁਣੇ ਆਪਾਂ ਪ੍ਰੇਮ ਬਾਈ ਨੂੰ ਇੱਧਰੋਂ ਪੀਸ ਕਰਾ ਕੇ ਬਾਈ ਜੀ ਤੋਂ, ਦਰਸ਼ਨ ਤੋਂ ਸਾਹਮਣੇ ਹੋ ਰਿਹਾ ਤਿਆਰ। ਸੋ ਇਹ ਆਨੰਦ ਹੈ। ਆ ਲਓ ਜੀ, ਕੱਦੂ ਨੂੰ ਸੀਟੀਆਂ ਵੱਜ ਰਹੀਆਂ। ਲਓ ਜੀ, ਬਾਬਾ ਜੀ ਕੋਲ ਸਾਡਾ ਹੁਣ ਮਟਨ ਤਿਆਰ ਹੋ ਰਿਹਾ। ਅਤੇ ਮੈਂ ਤੁਹਾਨੂੰ ਦਿਖਾਉਣਾ ਕੱਚਾ ਮਾਲ ਪਾ ਲਿਆ ਬਾਬਾ ਜੀ ਨੇ ਵਿੱਚ। ਆ ਲਓ, ਅੱਧੇ ਘੰਟੇ ਦੇ ਉੱਪਰ ਲੱਗੂਗਾ। ਕੜਛੀ ਘੁੰਮ ਰਹੀ ਹੈ, ਇੱਧਰ ਮਟਨ ਤਿਆਰ ਹੋ ਰਿਹਾ। ਲਓ ਜੀ, ਤਿਆਰੀ ਹੈ ਹੁਣ। ਢੱਕਣ ਖੁੱਲੂਗਾ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਆ ਗੱਲਬਾਤ ਹੈ। ਦੂਰ ਤੱਕ ਰੇਹੜੀਆਂ ਵਾਲੇ ਖੜ੍ਹੇ ਆ, ਸਭ ਨੇ ਕਹਿੰਦੇ ਆਪਣਾ ਰਿਜ਼ਕ ਖਾਣਾ। ਸਾਰੇ ਹੀ ਵਧੀਆ ਕੋਕ ਹੈ, ਕੋਈ ਐਦਾਂ ਦੀ ਇੱਕ ਦੂਜੇ ਨਾਲ ਖਿੱਚ ਤੂੰ ਕਰਦਾ ਵੀ ਇੱਧਰ ਆ ਜਾਓ ਮੇਰੇ ਕੋਲ ਆ ਜਾਓ। ਸੋ ਮੰਗਲ ਮੱਛੀਆਂ ਚਿਕਨ ਕਾਰਨਰ ਇੱਥੋਂ ਆ ਨੌਜਵਾਨਾਂ ਤੋਂ ਸ਼ੁਰੂ ਹੋ ਗਿਆ। ਜੈਲੀ ਮੱਛੀ ਵਾਲਾ, ਮੰਗਾ ਮੱਛੀ ਵਾਲਾ। ਸੋ ਇੱਥੋਂ ਲੈ ਕੇ ਦੂਰ ਤੱਕ ਤੁਸੀਂ ਦੇਖ ਰਹੇ ਹੈ ਇਹ ਮਾਛੀਵਾੜੇ ਦੀ ਮੀਟ ਮਾਰਕੀਟ ਹੈ। ਤਾਜ਼ਾ ਮੀਟ ਲੈ ਕੇ ਇੱਥੇ ਤੁਸੀਂ ਆਪ ਤਿਆਰ ਕਰਾ ਸਕਦੇ ਹੈ। ਲਓ ਜੀ, ਗਗਨਬਾਈ ਲੱਗਿਆ ਹੁਣ ਸਾਡਾ ਕੁੱਕਰ ਖੋਲਣ। ਦਿਖਾਉਂਦੇ ਤੁਹਾਨੂੰ ਕੀ ਰੰਗ ਰੂਪ ਹੈ। ਆਹ ਦੇਖੋ ਨੇੜੇ ਕਰਕੇ, ਆਹ ਦੇਖੋ ਹੁਣ ਦੇਖਦਾ ਵੀਰ ਵੀ ਹਲੇ ਵੀ ਕਸਰ ਮਸਰ ਹੈ ਕਿ ਨਹੀਂ। ਪੂਰੀ ਤਰ੍ਹਾਂ ਲਗਭਗ ਛੋਟੇ ਛੋਟੇ ਪੀਸ ਕੱਦੂ ਦੇ ਤਿਆਰ ਹੈ। ਹੋਰ ਲੋੜੀਂਦੇ ਮਸਾਲੇ ਐਡ ਕੀਤੇ ਜਾ ਰਹੇ ਹੈ। ਕਿਆ ਬਾਤ, ਇਹ ਹੈ ਜੀ ਜਾਇਕਾ ਮਾਛੀਵਾੜੇ ਦਾ ਮੀਟ ਮਾਰਕੀਟ। ਗਗਨਵੀਰ ਦੀ ਕਾਊਂਟਰ ਤੇ ਆਪਾਂ। ਹਾਂਜੀ ਪੀਟੀ ਸਾਹਿਬ, ਕਿੱਦਾਂ ਜਾਇਕਾ? ਬੜਾ ਵਧੀਆ ਲੱਗਿਆ ਯਾਰ, ਆ ਕੇ ਉਰੇ ਬੜੀ ਚੀਜ਼ ਪਸੰਦ ਆਈ। ਲਓ ਜੀ, ਟੇਸਟ ਕਰਕੇ ਦੱਸੋ ਜੇ ਕੋਈ ਕਮੀ ਹੈ ਤਾਂ ਆਪਾਂ ਦੂਰ ਕਰ ਦਈਏ। ਕਰੋ ਜੀ ਜਾਇਕਾ ਟੇਸਟ ਕਰੋ ਜੀ। ਹਾਂਜੀ ਸਰ, ਸੁਖਵਿੰਦਰ ਸਰ,
ਆ ਦੇਖੋ ਜੀ ਹੁਣ ਲਾਈਵ ਜਾਇਕਾ ਤੁਸੀਂ ਸਾਡੇ ਸੁਖਵਿੰਦਰ ਸਿੰਘ ਜੀ ਕੱਦੂ ਟੇਸਟ ਕਰ ਰਹੇ ਕਿਆ ਰਿਪੋਰਟ ਹੈ ਜੀ ਕਿੰਨੇ ਨੰਬਰ ਮੱਛੀ ਵਾਲਾ ਮੰਗਾ ਮੱਛੀ ਵਾਲਾ ਇਹਨਾਂ ਵੀਰਾਂ ਦਾ ਮੱਛੀ ਦਾ ਕਾਊਂਟਰ ਹੈ ਸੋ ਇਹਨਾਂ ਤੋਂ ਪੁੱਛਦੇ ਹਾਂ ਕੀ ਵਿਸ਼ੇਸ਼ਤਾ ਕੀ ਹਿਸਾਬ ਕਿਤਾਬ ਹੈ ਹਾਂਜੀ ਦੱਸਿਓ ਵੀਰ ਜੀ ਸਾਡੇ ਕੋਲ ਹੁੰਦੀ ਆ ਭਾਜੀ ਇੱਕ ਤਾਂ ਮਲੀ ਮੱਛੀ ਇੱਕ ਹੁੰਦੀ ਆ ਸੌਰ ਬੋਨਲੈਸ ਹੁੰਦੀ ਆ ਵਾਈਟ ਬਿਲਕੁਲ ਜਿਹੜੀ ਮਲੀ ਆ ਉਹ 700 ਰੁਪਏ ਕਿਲੋ ਦੇਈਦੀ ਆ ਛੋਟੀ 600 ਦੀ ਦੇਈਦੀ ਆ ਜਿਹੜੀ ਸੋਲ ਆ ਉਹ 1200 ਰੁਪਏ ਕਿਲੋ ਆਉਂਦੇ ਆ ਖੰਨਾ ਨਵਾਂਸ਼ਹਿਰ ਰਾਹੋਂ ਬੰਗਿਆ ਚੰਡੀਗੜ੍ਹ ਤੱਕ ਇੱਧਰ ਲੁਧਿਆਣਾ ਫਲੌਰ ਸੋ ਇਹੀ ਵਿਸ਼ੇਸ਼ਤਾ ਦੋਸਤੋ ਦੂਰੋਂ ਦੂਰੋਂ ਲੋਕ ਮਾਛੀਵਾੜਾ ਦੀ ਮੀਟ ਮਾਰਕੀਟ 'ਚ ਮੱਛੀ ਚਿਕਨ ਪੋਕ ਅਤੇ ਨਾਲ ਦੀ ਨਾਲ ਕਹਿ ਲਓ ਮਟਨ ਇਹਦਾ ਆਨੰਦ ਲੈਣ ਆਉਂਦੇ ਹੈ ਸੋ ਇਹ ਦੂਰ ਤੱਕ ਜਿੱਥੇ ਤੱਕ ਤੁਸੀਂ ਦੇਖ ਰਹੇ ਹੈ ਸਾਰੀ ਇਹ ਮਾਛੀਵਾੜੇ ਦੀ ਮੀਟ ਮਾਰਕੀਟ ਹੈ ਲਓ ਜੀ ਪੋਕ ਰੈਡੀ ਹੈ ਬਾਈ ਜੀ ਪੈਕ ਲੱਗੀਆਂ ਕਰਨ ਗਗਨ ਜੀ ਅਤੇ ਫਾਈਨਲ ਚਾਕਾ ਪਾਕਾ ਤੁਹਾਨੂੰ ਦਿਖਾਉਂਦੇ ਹਾਂ ਆ ਲਓ ਜੀ ਆ ਲਓ ਜੀ ਉਹ ਪੂਰਾ ਰੈਡੀ ਹੈ ਰੰਗ ਦੇਖੋ ਕਿਆ ਬਾਤ ਹੈ ਕਮਾਲ ਅਤੇ ਹੁਣ ਬਾਈ ਜੀ ਨੇ ਪੈਕ ਕਰ ਦੇਣਾ ਅਗਰ ਤੁਸੀਂ ਵਧੀਆ ਚੀਜ਼ ਵਧੀਆ ਜਾਇਕਾ ਖਾਣ ਦੇ ਸ਼ੌਕੀਨ ਹੋ ਤਾਜ਼ੀ ਚੀਜ਼ ਤਾਂ ਤੁਸੀਂ ਮਾਛੀਵਾੜੇ ਦੀ ਮੀਟ ਮਾਰਕੀਟ 'ਚ ਇੱਕ ਵਾਰ ਜ਼ਰੂਰ ਗੇੜਾ ਮਾਰੋ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਕਿ ਜਿਹੜੇ ਵੀ ਚੀਜ਼ ਦੇ ਸ਼ੌਕੀਨ ਹੈ ਉਹਨਾਂ ਤੱਕ ਵਧੀਆ ਚੀਜ਼ ਪਹੁੰਚਦੀ ਕਰੀਏ ਸੋ ਜਿਹੜੇ ਇਸ ਚੀਜ਼ ਤੋਂ ਦੂਰ ਹੈ ਉਹਨਾਂ ਤੋਂ ਪਹਿਲੀ ਅਸੀਂ ਹੱਥ ਬੰਨ ਕੇ ਮਾਫ਼ੀ ਮੰਗਦੇ ਹਾਂ ਸੋ ਹਰੇਕ ਬੰਦੇ ਦੇ ਆਪਣੇ ਟੇਸਟ ਹੁੰਦੇ ਆਪਣੇ ਸ਼ੌਕ ਹੁੰਦੇ ਹੈ ਸੋ ਉਸ ਪੱਖ ਤੋਂ ਹੀ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਅਤੇ ਸਾਡੀ ਪੈਕਿੰਗ ਸ਼ੁਰੂ ਹੈ ਜੀ ਹੁਣ ਅਤੇ ਫਿਰ ਜਾ ਕੇ ਆਪਾਂ ਦੂਜੇ ਪਾਸੇ ਮਟਨ ਦੀ ਵੀ ਦੇਖਦੇ ਕੀ ਗੱਲਬਾਤ ਹੈ ਅਤੇ ਪੋਕ ਇੱਧਰ ਪੈਕ ਹੋਣ ਜਾ ਰਿਹਾ ਕਿਆ ਬਾਤ ਪੋਕ ਸੀ ਸਾਫ਼ ਸੁਥਰੇ ਢੰਗ ਨਾਲ ਪੋਕ ਤਿਆਰ ਕੀਤਾ ਬਾਈ ਜੀ ਨੇ ਉਹਨੇ ਹੀ ਸਾਫ਼ ਸੁਥਰੇ ਤਰੀਕੇ ਨਾਲ ਇਹਨੂੰ ਵਧੀਆ ਤਰੀਕੇ ਨਾਲ ਪੈਕ ਕਰਕੇ ਸਾਨੂੰ ਦੇ ਰਹੇ ਹੈ ਲਓ ਜੀ ਔਡਰ ਸਾਡਾ ਰੈਡੀ ਹੈ ਧੰਨਵਾਦ ਜੀ ਬਾਈ ਜੀ ਦੇ ਸੋ ਇਹ ਬਾਬਾ ਜੀ ਦੱਸ ਰਹੇ ਹੈ ਕਿ ਮਟਨ 15 ਸੀਟੀਆਂ ਲੈ ਜਾਂਦਾ